ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ 15 ਜਨਵਰੀ 2020 ਨੂੰ ਇੱਕ ਨਵੀਂ ਪੱਛਮੀ ਡਿਸਟਰਬੈਂਸ ਜੰਮੂ ਕਸ਼ਮੀਰ ਦੇ ਉੱਪਰ ਆਈ ਹੋਈ ਹੈ ਅਤੇ ਸਾਡੇ ਸਾਰੇ ਏਰੀਏ ਨੂੰ ਪ੍ਰਭਾਵਿਤ ਕਰ ਰਹੀ ਹੈ। ਇਹਦੇ ਨਾਲ ਆਉਣ ਵਾਲੇ ਦਿਨਾਂ ਦਾ ਮੌਸਮੀ ਹਾਲ ਕਿਸ ਤਰੀਕੇ ਦਾ ਰਹੇਗਾ, ਮਤਲਬ ਕਿ 16 ਜਨਵਰੀ ਤੋਂ 19 ਜਨਵਰੀ 2020 ਤੱਕ, ਉਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਮੌਸਮ ਦੇ ਬਾਰੇ। ਦੋਸਤੋ, ਇੱਕ ਗੱਲ ਤਾਂ ਕਲੀਅਰ ਹੈਗੀ ਹੈ ਕਿ ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ ਦੀਆਂ ਪਹਾੜੀਆਂ ਦੇ ਉੱਤੇ ਬਰਫ਼ਬਾਰੀ ਹੋਏਗੀ। ਦੂਸਰਾ ਕਿ ਥੰਡਰ ਸਟੋਰਮ ਜਿਹੜਾ ਹੈਗਾ 16 ਅਤੇ 17 ਤਰੀਕ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਇਸ ਏਰੀਏ ਦੇ ਵਿੱਚ ਆਏਗਾ। 18 ਨੂੰ ਸੰਘਣੀ ਧੁੰਦ ਪੈ ਸਕਦੀ ਹੈ। ਇਸ ਤੋਂ ਬਾਅਦ ਦੇ ਵਿੱਚ ਜੋ ਮੌਸਮ ਹੈ, ਜੋ 18 ਤੋਂ 20 ਦੇ ਵਿਚਾਲੇ ਨਵਾਂ ਡਿਸਟਰਬੈਂਸ ਆਉਣਾ ਸੀਗਾ, ਜਿਹਦੇ ਕਰਕੇ 19 ਤਰੀਕ ਨੂੰ ਬਾਰਿਸ਼ ਸਮਝੀ ਜਾ ਰਹੀ ਸੀਗੀ, ਉਹ ਡਿਸਟਰਬੈਂਸ 20 ਤਰੀਕ ਨੂੰ ਆਏਗੀ, ਤਾਂ ਉਸ ਤੋਂ ਬਾਅਦ ਦੇ ਵਿੱਚ ਉਹਦਾ ਪ੍ਰਭਾਵ ਜਿਹੜਾ ਹੈਗਾ ਸਾਡੇ ਏਰੀਏ ਦੇ ਵਿੱਚ ਪਏਗਾ। ਇਸ ਮੌਸਮੀ ਚੱਕਰ ਕਰਕੇ ਪੰਜਾਬ ਦੇ ਵਿੱਚ ਲਗਭਗ 16 ਤਰੀਕ ਨੂੰ 50% ਹਿੱਸਾ, 17 ਅਤੇ 18 ਤਰੀਕ ਨੂੰ 25% ਹਿੱਸੇ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਰਿਆਣਾ, ਚੰਡੀਗੜ੍ਹ, ਦਿੱਲੀ ਦੇ ਵਿੱਚ ਬਾਰਿਸ਼ ਜ਼ਿਆਦਾ ਹੋਣ ਦੀ ਸੰਭਾਵਨਾ, 75% ਹਿੱਸਾ ਕਵਰ ਕਰੇਗਾ 16 ਨੂੰ, 17 18 ਨੂੰ 25 25। ਉੱਤਰਾਖੰਡ ਦੇ ਵਿੱਚ ਪ੍ਰਭਾਵ 16 ਅਤੇ 17 ਨੂੰ ਕਾਫੀ ਏਰੀਏ ਦੇ ਵਿੱਚ ਬਾਰਿਸ਼ ਹੋਵੇਗੀ, ਜਦੋਂ ਕਿ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ 16 ਨੂੰ ਬਾਰਿਸ਼ ਲਗਭਗ 100% ਹਿੱਸੇ 'ਚ ਹੋਏਗੀ, 17 ਨੂੰ ਜਿਹੜਾ ਹੈਗਾ 50% ਹਿੱਸੇ ਦੇ ਵਿੱਚ ਅਤੇ 18 ਤਰੀਕ ਨੂੰ 25% ਹਿੱਸੇ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਰਾਜਸਥਾਨ ਦੇ ਹਰਿਆਣਾ, ਮਾਫ਼ ਕਰਨਾ, ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ ਦੇ ਵਿੱਚ 16 ਅਤੇ 17 ਤਰੀਕ ਨੂੰ ਬਾਰਿਸ਼ ਹੋ ਸਕਦੀ ਹੈ। ਮੈਂ ਜ਼ਿਲ੍ਹੇਵਾਰ ਗੱਲ ਕਰਾਂ, ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਜਿਹੜਾ ਸਾਡਾ ਧੁੰਦ ਦਾ ਅਲਰਟ ਆਇਆ ਹੋਇਆ ਹੈ, ਉਸ ਵਾਲੇ ਪਾਸੇ ਸਾਨੂੰ ਦੇਖਣਾ ਪਵੇਗਾ ਕਿ 17 ਤਰੀਕ ਨੂੰ ਪੰਜਾਬ ਦੇ ਵਿੱਚ ਜਿਸ ਏਰੀਏ ਦੇ ਵਿੱਚ ਬਾਰਿਸ਼ ਨਹੀਂ ਹੋਏਗੀ, ਉੱਥੇ ਤੁਹਾਨੂੰ ਧੁੰਦ ਦੀ ਅੰਬਰ ਕਲਰ ਦੀ ਵਾਰਨਿੰਗ ਹੈ ਕਿ ਧੁੰਦ ਕਾਫੀ ਜ਼ਿਆਦਾ ਪੈ ਸਕਦੀ ਹੈ। ਅਤੇ ਜੇਕਰ ਤੁਸੀਂ 18 ਤਰੀਕ ਨੂੰ ਜਾਓਗੇ ਤਾਂ ਇਹ ਪੂਰੇ ਦਾ ਪੂਰਾ ਏਰੀਆ, ਪੰਜਾਬ, ਚੰਡੀਗੜ੍ਹ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਦਿੱਲੀ, ਸੰਘਣੀ ਧੁੰਦ ਦੀ ਅੰਬਰ ਕਲਰ ਦੀ ਵਾਰਨਿੰਗ 18 ਜਨਵਰੀ 2020 ਵਾਸਤੇ ਹੈ ਅਤੇ 19 ਜਨਵਰੀ 2020 ਨੂੰ ਇਹ ਯੈਲੋ ਕਲਰ ਦੀ ਵਾਰਨਿੰਗ ਹੈ ਸੰਘਣੀ ਧੁੰਦ ਪੈਣ ਦੀ। ਮਤਲਬ ਕਿ ਪੰਜਾਬ 'ਚ ਹੋ ਸਕਦਾ ਕਿ 20 ਨੂੰ ਧੁੰਦ ਨਾ ਪਵੇ, ਲੇਕਿਨ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਸੰਘਣੀ ਧੁੰਦ ਜ਼ਰੂਰ ਪਵੇਗੀ। ਜੇਕਰ ਅਸੀਂ ਹੁਣ ਬਾਰਿਸ਼ ਦੀ ਗੱਲ ਕਰੀਏ ਤਾਂ 16 ਤਰੀਕ ਨੂੰ ਲਗਭਗ ਪੂਰੇ ਹੀ ਪੰਜਾਬ ਦੇ ਵਿੱਚ ਬਾਰਿਸ਼ ਹੋ ਸਕਦੀ ਹੈ। ਚੰਡੀਗੜ੍ਹ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਇੱਥੇ ਬਾਰਿਸ਼ ਹੋ ਸਕਦੀ ਹੈ 2.5 mm ਤੋਂ ਲੈ ਕੇ 15.5 mm ਤੱਕ, ਜਦੋਂ ਕਿ ਮੋਗਾ ਅਤੇ ਬਠਿੰਡਾ ਦੇ ਵਿੱਚ 15.6 ਤੋਂ 64.4 mm ਤੱਕ ਬਾਰਿਸ਼ ਹੋ ਸਕਦੀ ਹੈ 16 ਜਨਵਰੀ 2020 ਨੂੰ। ਪਰੰਤੂ ਥੋੜ੍ਹੀ ਜ਼ਿਆਦਾ ਬਾਰਿਸ਼ ਹੋ ਸਕਦੀ ਹੈ ਨਵਾਂਸ਼ਹਿਰ, ਰੂਪਨਗਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਇੱਥੇ ਜਿਹੜਾ ਹੈਗਾ 75% ਤੱਕ ਸੰਭਾਵਨਾ ਕਿ 15.6 ਤੋਂ 64.4 mm ਤੱਕ ਬਾਰਿਸ਼ ਹੋਵੇਗੀ। ਮਾਨਸਾ ਅਤੇ ਸੰਗਰੂਰ ਦੇ ਵਿੱਚ 15.6 ਤੋਂ 2.5 ਤੋਂ 15.5 ਤੱਕ, ਫਤਿਹਗੜ੍ਹ ਸਾਹਿਬ, ਪਟਿਆਲਾ, SS ਨਗਰ ਦੇ ਵਿੱਚ 15.6 ਤੋਂ 64.4 mm ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਹੈ। 17 ਤਰੀਕ ਨੂੰ ਲਗਭਗ ਸਾਰੇ ਹੀ ਪੰਜਾਬ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਨਵਾਂਸ਼ਹਿਰ ਅਤੇ ਰੂਪਨਗਰ ਦੇ ਵਿੱਚ ਥੋੜ੍ਹੀ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। 18 ਅਤੇ 19 ਨੂੰ ਜ਼ਿਆਦਾਤਰ ਹਿੱਸੇ ਪੰਜਾਬ ਦੇ ਖੁਸ਼ਕ ਰਹਿਣ ਦੀ ਸੰਭਾਵਨਾ, ਜਿੱਥੇ ਕਿ ਸੰਘਣੀ ਧੁੰਦ ਆਏਗੀ, ਇਸ ਬਾਰਿਸ਼ ਦੇ ਵਿੱਚ ਵੀ ਬਿਜਲੀ ਚਮਕਣ, ਇੱਕਾ ਦੁੱਕਾ ਥਾਵਾਂ 'ਤੇ ਗੜੇ ਪੈਣ ਅਤੇ ਥੰਡਰ ਸਟੋਰਮ ਦੀ ਸੰਭਾਵਨਾ ਹੈ। ਜੇਕਰ ਤੁਸੀਂ ਹਰਿਆਣਾ ਦੀ ਗੱਲ ਕਰੋਗੇ ਤਾਂ ਹਰਿਆਣਾ ਦੇ ਜ਼ਿਆਦਾਤਰ ਪਾਰਟਸ ਦੇ ਵਿੱਚ ਬਾਰਿਸ਼ ਹੋਵੇਗੀ। ਜਿਹੜੀ 16 ਤਰੀਕ ਦੀ ਬਾਰਿਸ਼ ਹੈ, ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰਕਸ਼ੇਤਰ, ਕੈਥਲ ਅਤੇ ਕਰਨਾਲ, 15.6 ਤੋਂ 64.4 mm ਤੱਕ ਬਾਰਿਸ਼ ਹੋਣ ਦੀ 75% ਤੱਕ ਸੰਭਾਵਨਾ ਹੈ। ਸਿਰਸਾ, ਫਤਿਹਾਬਾਦ, ਹਿਸਾਰ,
ਇੱਥੇ 2.5 ਤੋਂ 15.5 ਐਮ ਐਮ ਤੱਕ, ਜਦੋਂ ਕਿ ਜੀਂਦ ਅਤੇ ਭਿਵਾਨੀ ਦੇ ਵਿੱਚ 15.6 ਤੋਂ 64.4 ਮਿਲੀਮੀਟਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਚਰਖੀ ਦਾਦਰੀ, ਰੋਹਤਕ, ਸੋਨੀਪਤ, ਪਾਣੀਪਤ 15.6 ਤੋਂ 64.4 ਮਿਲੀਮੀਟਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮਹਿੰਦਰਗੜ੍ਹ, ਰਵਾਰੀ, ਝੱਜਰ, ਗੁਰੂਗ੍ਰਾਮ, ਮਵਾਤ, ਪਲਵਲ, ਫਰੀਦਾਬਾਦ, ਇਸ ਜਗ੍ਹਾ 'ਤੇ 2.5 ਤੋਂ 15.5 ਐਮ ਐਮ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸੇ ਤਰੀਕੇ ਦੇ ਨਾਲ 17 ਜਨਵਰੀ 2020 ਨੂੰ ਵੀ ਪੂਰੇ ਹੀ ਹਰਿਆਣਾ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਹੈ। 18 ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਘੱਟ ਜਾਂਦੀ ਹੈ, 19 ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਅਤੇ ਧੁੰਦ ਪੈਣ ਦੀ ਜਿਹੜੀ ਸੰਭਾਵਨਾ ਹੈਗੀ ਉਹ ਜ਼ਿਆਦਾ ਹੈ। ਜੇਕਰ ਪੰਜਾਬ ਦੇ ਵਿੱਚ ਵੈਦਰ ਵਾਰਨਿੰਗ ਦੀ ਗੱਲ ਕਰੋਗੇ ਤਾਂ ਕੇਵਲ ਪੱਛਮੀ ਮਾਲਵਾ, ਜਿਹਦੇ ਵਿੱਚ ਕਿ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਆਉਂਦੇ ਹੈ, ਇੱਥੇ ਕੋਈ ਵਾਰਨਿੰਗ ਨਹੀਂ। ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਥੰਡਰਸਟੋਰਮ, ਬਿਜਲੀ ਚਮਕਣ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ, ਜਿਹੜੀ ਕਿ ਯੈਲੋ ਕਲਰ ਦੇ ਵਿੱਚ ਹੈ। ਤਾਂ ਯੈਲੋ ਕਲਰ ਵਾਲੀ ਵਾਰਨਿੰਗ ਜਿਵੇਂ ਤੁਸੀਂ ਜਾਣਦੇ ਹੋ ਕਿ ਇਹ ਬਦਲ ਸਕਦੀ ਹੁੰਦੀ ਹੈ, ਅਤੇ ਉਸ ਤੋਂ ਬਾਅਦ ਦੇ ਵਿੱਚ ਸੰਘਣੀ ਧੁੰਦ ਦੀ ਵਾਰਨਿੰਗ ਹੈ ਪੂਰੇ ਪੰਜਾਬ ਦੇ ਵਿੱਚ ਲਗਭਗ। ਹਰਿਆਣਾ ਦੇ ਵਿੱਚ ਥੰਡਰਸਟੋਰਮ ਦੀ ਅਤੇ ਨਾਲ ਗੜੇ ਪੈਣ ਦੀ ਵਾਰਨਿੰਗ ਜਾਰੀ ਹੋਈ ਹੈ, ਜਿਹੜੀ ਕਿ ਯੈਲੋ ਕਲਰ ਦੇ ਵਿੱਚ ਹੈ ਅਤੇ ਬਦਲ ਸਕਦੀ ਹੈ। ਜੇ ਗੱਲ ਕਰੀਏ ਸ਼੍ਰੀ ਗੰਗਾਨਗਰ ਦੀ, 16 ਤਰੀਕ ਨੂੰ ਗੜੇ ਪੈਣ, ਥੰਡਰਸਟੋਰਮ, ਬਿਜਲੀ ਚਮਕਣ ਦੀ ਵਾਰਨਿੰਗ ਹੈ, ਯੈਲੋ ਵਾਰਨਿੰਗ ਹੈ ਜਿਹੜੀ ਬਦਲ ਸਕਦੀ ਹੈ। 17 ਤਰੀਕ ਨੂੰ ਸੰਘਣੀ ਧੁੰਦ ਦੀ ਹੈ, 19 ਤਰੀਕ ਨੂੰ ਇੱਥੇ ਦੁਬਾਰਾ ਗੜੇ ਪੈਣ ਅਤੇ ਨਾਲ ਬਿਜਲੀ ਚਮਕਣ ਦੀ ਵਾਰਨਿੰਗ ਹੈ। ਇਸੇ ਤਰੀਕੇ ਦੀ ਵਾਰਨਿੰਗ 16, 17 ਅਤੇ 19 ਨੂੰ ਬੀਕਾਨੇਰ, ਚੂਰੂ, ਹਨੂੰਮਾਨਗੜ੍ਹ ਅਤੇ ਜੈਸਲਮੇਰ ਦੇ ਵਿੱਚ ਵੀ ਬਣੀ ਹੋਈ ਹੈ। ਦੋਸਤੋ, ਇਸ ਤੋਂ ਬਾਅਦ ਜਿਹੜੀ ਡਿਸਟਰਬੈਂਸ ਆਉਣੀ ਹੈ ਉਹ 20 ਤਰੀਕ ਨੂੰ ਆਉਣੀ ਹੈ, ਜੋ 19 ਤਰੀਕ ਦੀ ਬਾਰਿਸ਼ ਦੀ ਪਹਿਲਾਂ ਪ੍ਰੋਡਿਕਸ਼ਨ ਕੀਤੀ ਗਈ ਸੀਗੀ ਉਹ ਜਿਹੜੀ ਹੈਗੀ ਹੈ ਹੁਣ ਨਹੀਂ ਹੈਗੀ, ਅਤੇ ਵੈਸਟਰਨ ਡਿਸਟਰਬੈਂਸ ਅਗਲੀ 20 ਜਨਵਰੀ 2020 ਤੋਂ ਆਏਗੀ, ਜਿਹਦਾ ਪ੍ਰਭਾਵ ਅੱਗੇ ਜਾ ਕੇ ਪਏਗਾ ਉਹ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਗੱਲ ਕਰਾਂਗੇ। ਹੁਣ ਤੱਕ ਦਾ ਮੌਸਮ ਇਹੀ ਹੈ, ਆਉਣ ਵਾਲੇ ਦਿਨਾਂ 'ਚ 18-19 ਦੇ ਨੇੜੇ ਚੰਗੀ ਜਿਹੜਾ ਹੈਗਾ ਧੁੰਦ ਪੈਣ ਦੀ ਸੰਭਾਵਨਾ ਹੈ, ਜਿਹਦੇ ਕਰਕੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਕੋਈ ਯਾਤਰਾ 'ਤੇ ਜਾ ਰਹੇ ਹੈ ਕਿਤੇ ਤਾਂ ਉਸ ਸਮੇਂ ਧਿਆਨ ਰੱਖਣ, ਕਿਉਂਕਿ ਕਾਫ਼ੀ ਜ਼ਿਆਦਾ ਧੁੰਦ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਉਮੀਦ ਕਰਦਾ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਏਗੀ। ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਨਾ। ਦੋਸਤੋ, ਇਹ ਭਾਰਤੀ ਮੌਸਮ ਵਿਭਾਗ ਦਿੱਲੀ ਦਾ ਜੋ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹ ਪੜ੍ਹ ਕੇ ਤੁਹਾਨੂੰ ਮੈਂ ਸੁਣਾਇਆ ਗਿਆ, ਮੇਰੇ ਵੱਲੋਂ ਇਸ ਵਿੱਚ ਕੁਛ ਵੀ ਐਡ ਨਹੀਂ ਕੀਤਾ ਜਾਂਦਾ। ਇਸ ਲਈ ਮੈਂ ਭਾਰਤੀ ਮੌਸਮ ਵਿਭਾਗ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਦੀ ਸੂਚਨਾ ਮੈਂ ਤੁਹਾਡੇ ਤੱਕ ਪਹੁੰਚਾਉਣਾ ਹੈ। ਜਿਹੜੇ ਕਿਸਾਨ ਵੀਰ ਇਸ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ 'ਤੇ ਦੇਖ ਰਹੇ ਹੈ ਤਾਂ ਉਹ ਕਿਸਾਨ ਵੀਰ ਆਪਣਾ ਫੇਸਬੁੱਕ ਪੇਜ ਮੇਰਾ ਪੰਜਾਬ ਮੇਰਾ ਕਿਸਾਨ ਜੁਆਇਨ ਕਰ ਸਕਦੇ ਹੈ ਤਾਂ ਕਿ ਤੁਹਾਨੂੰ ਲੇਟੈਸਟ ਜਾਣਕਾਰੀ ਪਹੁੰਚਦੀ ਰਹੇ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ।